ਜੰਡਿਆਲਾ ਗੁਰੂ ਵਿੱਚ ਅੱਜ ਦੁਪਹਿਰੇ 1 ਵਜੇ ਦੇ ਕਰੀਬ ਇੱਕ ਮਰਸਡੀਜ਼ ਕਾਰ ਨੂੰ ਅੱਗ ਲੱਗ ਗਈ। ਇਸ ਕਾਰ ਵਿੱਚ ਜਸਵਿੰਦਰ ਸਿੰਘ ਬਾਟ ਅਤੇ ਉਸਦਾ ਸਾਥੀ ਰਣਵੀਰ ਸਿੰਘ, ਜੋ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਸੀ, ਬੈਠੇ ਸਨ। ਜਦੋਂ ਟੋਲ ਪਲਾਜ਼ਾ 'ਤੇ ਕਾਰ ਰੁਕੀ ਤਾਂ ਟੋਲ ਕੱਟਣ ਦੇ ਲਈ ਲਾਈਨ ਵਿੱਚ ਖੜ੍ਹੇ ਹੋਏ ਸੀ, ਤਾਂ ਇਸ ਦੌਰਾਨ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਉੱਥੇ ਮੌਜੂਦ ਇੱਕ ਸਿਕਿਉਰਿਟੀ ਗਾਰਡ ਨੇ ਕਾਰ ਦੇ ਇੰਜਨ ਤੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਤਾਂ ਉਸਨੇ ਫਟਾਫਟ ਦੋਹਾਂ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਉਹ ਗੱਡੀ 'ਚੋਂ ਬਾਹਰ ਨਿਕਲੇ ਤਾਂ ਗੱਡੀ ਨੂੰ ਅੱਗ ਲੱਗ ਗਈ ਅਤੇ ਤਕਰੀਬਨ 10 ਮਿੰਟ ਵਿੱਚ ਹੀ ਸਾਰੀ ਗੱਡੀ ਸੜ ਕੇ ਸਵਾਹ ਹੋ ਗਈ। ਸਿਕਿਉਰਿਟੀ ਗਾਰਡ ਦੇ ਕਾਰਨ ਇਹਨਾਂ ਦੋਨਾਂ ਦੀ ਜਾਨ ਬਚ ਗਈ। ਟੋਲ ਪਲਾਜ਼ਾ 'ਤੇ ਕੋਈ ਵੀ ਅੱਗ ਬੁਝਾਊ ਯੰਤਰ ਨਾ ਹੋਣ ਕਾਰਨ ਅਤੇ ਨਾ ਹੀ ਫਾਇਰ ਬ੍ਰਿਗੇਡ ਗੱਡੀ ਹੋਣ ਕਾਰਨ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਤਕਰੀਬਨ 1.5 ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਸਥਾਨ 'ਤੇ ਆਈ। ਜੰਡਿਆਲਾ ਗੁਰੂ ਤੋਂ ਪਿੰਕੂ ਆਨੰਦ ਦੀ ਰਿਪੋਰਟ। ਬੁਲਾਏਂਗੇ 10-10 ਮਿੰਟ ਆਨੇ ਮੇ ਟਾਈਮ ਲਗੇਗਾ। ਗਾੜੀ ਰਹਿਤਾ ਡੀਜ਼ਲ ਪੈਟਰੋਲ ਕਾ ਤੁਰੰਤ ਆਗ ਫਰਕ ਲੇਤੇ ਫਰਕ ਜਾਂਦਾ। ਯਦਿ ਨਾ ਬੁਲਾਏ ਨਹੀਂ ਕਹੇ ਹਮ ਲੋਕ, ਯਦਿ ਕਿਸੀ ਕੋ ਸੁਰੱਖਿਆ ਨਾ ਦੇ, ਗਾੜੀ ਲਾਈਨ ਹਮਾਰਾ ਪੂਰੇ ਚਾਲੂ ਰੱਖਤੇ, ਉਸ ਕੰਡੀਸ਼ਨ ਮੇ ਹਮ ਯਦਿ ਟੋਲ ਮੇ ਪੈਸਾ ਲੇਤੇ ਵੀ ਬੋਲਤੇ ਨਹੀਂ ਦੇਣਾ ਹੀ ਪੜੇਗਾ। ਜੇ ਹਮਾਰਾ ਫ੍ਰੀ ਮਤਲਬ ਕਿਸੀ ਕੋ ਅਸੁਵਿਧਾ ਨਾ ਹੋ, ਕਿਸੀ ਕੋ ਪ੍ਰੋਬਲਮ ਨਾ ਹੋ, ਸਵਾਹ ਹੋ ਗਈ ਔਰ ਫਾਇਰ ਬ੍ਰਿਗੇਡ ਜਿਹੜਾ ਕਰੀਬ ਡੇਢ ਘੰਟੇ ਬਾਅਦ ਇੱਥੇ ਪਹੁੰਚਿਆ। ਜਿਹੜੇ ਇਕੁਪਮੈਂਟ ਬਿਲਕੁਲ ਖਰਾਬ ਸੀਗੇ, ਉਹਨਾਂ ਦਾ ਫਾਇਰ ਜਿਹੜਾ ਜਿੱਥੋਂ ਪਾਣੀ ਨਿਕਲਣਾ ਉਹ ਬਿਲਕੁਲ ਨਹੀਂ ਚੱਲ ਰਿਹਾ। ਔਰ ਬੜੀ ਸ਼ਰਮਨਾਕ ਗੱਲ ਇਹ ਹੈ ਵੀ ਜਿਹੜੇ ਟੋਲ ਪਲਾਜ਼ਿਆਂ ਵਾਲੇ ਲੱਖਾਂ ਕਰੋੜਾਂ ਰੁਪਈਏ ਜਿਹੜਾ ਪਬਲਿਕ ਕੋਲੋਂ ਟੈਕਸ ਵਸੂਲ ਕਰ ਰਹੇ ਨੇ, ਰੋਡ ਟੈਕਸ ਜਿਹੜਾ ਲੈ ਰਹੇ ਨੇ, ਟੋਲ ਟੈਕਸ ਲੈ ਰਹੇ ਨੇ, ਉਹਨਾਂ ਦੇ ਕੋਲ ਕੋਈ ਵੀ ਐਸਾ ਇਕੁਪਮੈਂਟ ਨਹੀਂ ਹੈ ਜਿਹਦੇ ਨਾਲ ਵੀ ਉਹ ਇਹਨੂੰ ਅੱਗ ਬੁਝਾ ਸਕੇ, ਕਿਸੇ ਦੀ ਜਾਨ ਬਚਾ ਸਕੇ। ਇਨ ਕੇਸ ਕਿਤੇ ਗੱਡੀ ਲੋਕ ਹੋ ਜਾਂਦੀ ਤਾਂ ਜੋ ਕੀਮਤੀ ਜਾਨਾਂ ਉਹ ਚਲੇ ਜਾਣੀ। ਕੀ ਤੁਸੀਂ ਇਸ ਗੱਲ ਦੇ ਉੱਤੇ ਟੂਲ ਪਲਾਜ਼ਿਆਂ ਵਾਲਿਆਂ 'ਤੇ ਕੋਈ ਐਕਸ਼ਨ ਲਓਗੇ? ਕੇਜਰੀਵਾਲ ਸਾਡੇ ਡੀ ਐਸ ਪੀ ਸਾਹਿਬ ਜਿਹੜੇ ਜੰਡਿਆਲੇ ਜਦੋਂ ਪਹੁੰਚੇ ਸੀ ਇੱਥੇ, ਉਹਨਾਂ ਦੇ ਮੰਡਲ ਸੀ ਗੱਲ ਦੱਸਦੀ ਆ, ਹੁਣ ਜੋ ਕੋਈ ਕਹਿ ਰਹੀ ਉਹ ਉਦੋਂ ਸਭ ਨੂੰ ਸਾਰੇ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਚਾਓ। ਥੋੜ੍ਹੀ ਜਿਹੀ ਬਲ ਲੈਣ ਦੋ ਅਜੇ ਕੀ ਲੋੜ ਆ।
ਜਿਹੜਾ ਨਵਾਂ ਹਾਈਵੇ ਆ ਨਾ ਉੱਧਰ ਵਾਲਾ, ਮਤਲਬ ਉੱਧਰ ਇਹਨਾਂ ਕੋਲ ਹੋਵੇ ਫਿਰ ਨਹੀਂ ਹੋਈ ਹੋਣੀ ਚਾਹੀਦੀ ਨਹੀਂ ਹੋਈ। ਇਹਨਾਂ ਦੀ ਰੈਸਕਿਊ ਵੈਨ ਵੀ ਹੁੰਦੀ ਵੈਸੇ ਤਾਂ, ਰਿਕਵਰੀ ਵੈਨ ਜਿਹੜੀ ਨਹੀਂ ਹੈਗੀ, ਹੋਣਾ ਚਾਹੀਦਾ ਵੈ, ਕਿਉਂਕਿ ਇਹਨਾਂ ਕੋਲ ਸਾਰਾ ਸਮਾਨ ਹੋ ਜਾਏਗਾ, ਫਾਇਰ ਐਕਸਟਿੰਗੁਇਸ਼ਰ ਹੋਣ ਚਾਹੀਦੇ ਆ। ਕਿੱਥੇ ਗੱਲ ਕਿੱਥੇ ਗੱਲ ਉਹਨਾਂ ਕਿੱਥੇ ਗੱਲ। ਹਾਂਜੀ ਸਰ, ਕੀ ਮਾਮਲਾ ਹੈ ਜੀ? ਇਹ ਮਾਮਲਾ ਇਹ ਹੈ ਜੀ, ਕਰੀਬ ਇੱਕ ਵਜੇ ਦੇ ਕਰੀਬ ਇਹ ਜਿਹੜਾ ਜਿਹੜੀ ਕਾਰ ਸੜੀ ਹੈ ਉਹਦੇ ਵਿੱਚ ਡਾਕਟਰ ਜਸਵਿੰਦਰ ਸਿੰਘ ਦਾਸ ਜਿਹੜੇ ਜਲੰਧਰ ਤੋਂ ਆਪਣੇ ਨਾਲ ਇੱਕ ਸਾਥੀ ਤਰਨਵੀਰ ਸਿੰਘ ਨਾਲ ਆ ਰਹੇ ਸੀਗੇ, ਉਹ ਟੋਲ ਲਾਈਨ ਦੇ ਵਿੱਚ ਖੜ੍ਹੇ ਸੀ ਟੋਲ ਟੈਕਸ ਦੇਣ ਲਈ। ਇਸ ਦੌਰਾਨ ਇਹਨਾਂ ਦੀ ਗੱਡੀ ਦੇ ਬੁਲਟ ਦੇ ਅੰਦਰੋਂ ਜਿਹੜਾ ਇੰਜਣ ਵਾਲੀ ਸਾਈਡ ਤੋਂ ਧੂੰਆਂ ਨਿਕਲਿਆ, ਤਾਂ ਜਿਹੜਾ ਗਾਰਡ ਸੀ ਇਹਨਾਂ ਦਾ ਟੋਲ ਪਲਾਜ਼ਾ ਸਵਾਈ ਹੋ ਗਈ ਮਜ਼ਾ ਹੀ ਕਿਸੇ ਨੂੰ।